एबीसी ਪੰਜਾਬ ਦੇ ਖਾਸ ਬੁਲੇਟਿਨ ਵਿਰੋਧੀਆਂ ਦਾ ਖਬਰਨਾਮਾ ਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਵਿਰੋਧੀਆਂ ਦੀਆਂ ਅੱਜ ਖਾਸ ਕੀ ਗਤੀਵਿਧੀਆਂ ਰਹੀਆਂ ਇਸ ਨਾਲ ਜੁੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਰੋਪੜ ਨਾਲ ਜੁੜਾ ਇੱਕ ਬਹੁ ਚਰਚਿਤ ਕੇਸ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਅੱਜ ਸ਼ਿਰਕਤ ਕੀਤੀ ਤਿੰਨ ਦਿਨਾਂ ਬਾਅਦ ਪੁਲਿਸ ਨੂੰ ਜਦੋਂ ਮ੍ਰਿਤਕ ਦੇ ਬਲਵਿੰਦਰ ਕੌਰ ਸਹਾਇਕ ਪ੍ਰੋਫੈਸਰ ਦੀ ਬਰਾਮਦ ਹੋਈ ਹੈ ਉਸ ਤੋਂ ਬਾਅਦ ਮੌਰਚਰੀ ਚ ਉਸ ਨੂੰ ਰੱਖ ਦਿੱਤਾ ਗਿਆ ਹੈ ਪਰਿਵਾਰਕ ਮੈਂਬਰ ਵੀ ਅੜ ਗਏ ਨੇ ਤੇ ਦੂਜੇ ਪਾਸੇ 1158 ਫਰੰਟ ਨੇ ਵੀ ਸਖਤ ਚੇਤਾਵਨੀਆਂ ਦਿੱਤੀਆਂ ਨੇ ਕਿ ਇਨਸਾਫ ਦਿਵਾਉਣ ਦੀ ਖਾਤਰ ਸਰਕਾਰ ਕੰਮ ਕਰੇ ਇਸ ਮਾਮਲੇ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵਿਰੋਧੀ ਨੇ ਜਿਹੜੀਆਂ ਉੱਥੇ ਹਾਜ਼ਰੀ ਲਵਾ ਚੁੱਕੀਆਂ ਨੇ ਤੇ ਅੱਜ ਸੁਨੀਲ ਜਾਖੜ ਵੀ ਚੇਚੇਤਾਰ ਤੇ ਆਪਣੀ ਲੀਡਰਸ਼ਿਪ ਦੇ ਨਾਲ ਉੱਥੇ ਪਹੁੰਚੇ ਸਨ ਉਹਨਾਂ ਨੇ ਧਰਨੇ ਦੇ ਵਿੱਚ ਸੰਬੋਧਨ ਵੀ ਕੀਤਾ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਦੁਖਦਾਈ ਖੁਦਕੁਸ਼ੀ ਪਿੱਛੇ ਆਪ ਮੰਤਰੀ ਦਾ ਹੰਕਾਰ ਜਾਪ ਰਿਹਾ ਹੈ ਇਸਨੀ ਲਜਾਖੜ ਦੇ ਸ਼ਬਦ ਸਨ ਸਮੂਹ ਪੰਜਾਬੀਆਂ ਨੂੰ ਇਕਜਟ ਹੋ ਕੇ ਇਸ ਕਨੌਣੀ ਸ਼ਾਸਨ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਮਹਿਲਾ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਦਰਦਨਾਕ ਮੌਤ ਲਈ ਸੂਬਾ ਸਰਕਾਰ ਦੇ ਹੰਕਾਰ ਨੂੰ ਜ਼ਿੰਮੇਵਾਰ ਠਰਉਂਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਮੂਹ ਪੰਜਾਬੀਆਂ ਨੂੰ ਇਸ ਜ਼ਾਲਮ ਸ਼ਾਸਨ ਦੇ ਖਾਤਮੇ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਉਨਾ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਸੂਬੇ ਦੀ ਸਿੱਖਿਆ ਮੰਤਰੀ ਨੂੰ ਬਚਾਉਣ ਲਈ ਬਿਨਾਂ ਕਿਸੇ ਸਬੂਤ ਦੇ ਆਤਮ ਹੱਤਿਆ ਲਿਖਾਉਣ ਲਈ ਮ੍ਰਿਤਕ ਦੇ ਪਤੀ ਅਤੇ ਸਹੁਰੇ ਦਾ ਨਾਮ ਲੈ ਰਹੇ ਨੇ ਜਦ ਕਿ ਖੁਦਕੁਸ਼ੀ ਨੋਟ ਵਿੱਚ ਸੱਚਾਈ ਦਰਜ ਹੈ ਉਨਾ ਕਿਹਾ ਕਿ ਖੁਦਕੁਸ਼ੀ ਨੋਟ ਨੂੰ ਪਾਸੇ ਰੱਖ ਕੇ ਖੁਦਕੁਸ਼ੀ ਪਿੱਛੇ ਹੋਰ ਕਾਰਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਮੰਤਰੀ ਨੂੰ ਬਚਾਇਆ ਜਾ ਸਕੇ ਧਰਨਾ ਦੇ ਰਹੇ ਦੇ ਆਪਕਾਂ ਦਾ ਵੀ ਸਰਕਾਰ ਮਜ਼ਾਕ ਬਣਾ ਰਹੀ ਹੈ ਇੱਥੇ ਮ੍ਰਿਤਕ ਪ੍ਰੋਫੈਸਰ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਦੇ ਵਿੱਚ ਦੁੱਖ ਸਾਂਝਾ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਦੇ ਆਗੂਆਂ ਨੇ ਆਖਿਆ ਕਿ ਉਹਨਾਂ ਨੂੰ ਉਹਨਾਂ ਦੀ ਧੀ ਲਈ ਇਨਸਾਫ ਲਈ ਆਪਣੀ ਲੜਾਈ ਲਈ ਤਰਕਪੂਰਨੰਤਕ ਲਜਾਣ ਦਾ ਭਰੋਸਾ ਵੀ ਦਿੱਤਾ ਹੈ। ਜਾਖੜ ਨੇ ਕਿਹਾ ਕਿ ਮੈਂ ਤੁਹਾਡੇ ਦੁੱਖ ਦਰਦ ਤੇ ਨਿਰਾਸ਼ਾ ਨੂੰ ਸਾਂਝਾ ਕਰਨ ਲਈ ਇੱਥੇ ਆਇਆ ਔਰ ਜਾਖੜ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਕੁਝ ਕਰਦੇ ਨੇ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਸਕਣ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਬੈਠੇ ਆਪ ਦੇ ਆਕਾਮਾਂ ਦੇ ਇਸ਼ਾਰੇ ਤੇ ਸਰਕਾਰੀ ਅਧਿਆਪਕਾਂ ਦੀ ਨਿਯੁਕਤੀ ਵਿੱਚ ਦੇਰੀ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਯਾਖੜ ਨੇ ਕਿਹਾ ਕਿ ਉਹੀ ਆਗੂ ਨੇ ਜਿਨ੍ਹਾਂ ਨੇ ਭੋਲੇ-ਪਾਲੇ ਵੋਟਰਾਂ ਨੂੰ ਖੋਖਲਿਆ ਵਾਅਦਿਆਂ ਅਤੇ ਝੂਠੇ ਪ੍ਰਚਾਰ ਨਾਲ ਧੋਖਾ ਦਿੱਤਾ। ਉਹਨਾਂ ਕਿਹਾ ਕਿ ਉਹੀ ਆਗੂ ਨੇ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਧਰਨਾ ਮੁਕਤ ਕੀਤਾ ਜਾਵੇਗਾ ਅਤੇ ਕਿਸਾਨ ਖੁਦਕੁਸ਼ੀਆਂ ਨਹੀਂ ਹੋਣਗੀਆਂ। ਯਾਖੜ ਨੇ ਵੀ ਆਖਿਆ ਕਿ ਉਹਨਾਂ ਦੀ ਬਦੌਲਤ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ ਤੇ ਕਿਸਾਨਾਂ ਤੋਂ ਇਲਾਵਾ ਸਾਡੇ ਵਿਦਿਆਰਥੀ, ਅਧਿਆਪਕ ਵੀ ਇਸ ਨਕਮੀ ਸਰਕਾਰ ਖਿਲਾਫ ਡੱਟ ਕੇ ਖੜੇ ਹੋ ਗਏ ਨੇ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਖੀਰ ਦੇ ਵਿੱਚ ਸੰਬੋਧਨ ਕਰਦੇ ਐ ਵੀ ਆਖਿਆ ਕਿ ਅਧਿਆਪਕਾਂ ਦਾ ਇਹ ਧਰਨਾ ਅੱਜ 50ਵੇਂ ਦਿਨ ਚ ਸ਼ਾਮਲ ਹੋ ਗਿਆ ਹੈ ਅਤੇ ਸਰਕਾਰ ਘੂੜੀ ਨੀਂਦ ਵਿੱਚ ਸੁੱਤੀ ਪਈ ਹੈ ਜਾਖੜ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਵਾਸੀ ਅਨਿਆਂ ਨੂੰ ਬਰਦਾਸ਼ਤ ਨਹੀਂ ਕਰਨ ਲਈ ਜਾਣੇ ਜਾਂਦੇ ਅਤੇ ਇਸ ਸਰਕਾਰ ਨੂੰ ਉਹਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈਣਾ ਚਾਹੀਦਾ ਭਾਜਪਾ ਪ੍ਰਧਾਨ ਦੇ ਨਾਲ ਭਾਜਪਾ ਸੂਬਾ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਬਰਾੜ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਵੀ ਹਾਜ਼ਰ ਸਨ ਅਗਲੀ ਖਬਰ ਵੀ ਇਸੇ ਮੁੱਦੇ ਨਾਲ ਜੁੜੀ ਹੋਈ ਹੈ ਡੀਟੀਐਫ ਡੈਮੋਕ੍ਰੈਟਿਕ ਟੀਚਰ ਫਰੰਟ ਨੇ ਵੀ ਮੰਗ ਰੱਖੀ ਹੈ ਸਰਕਾਰ ਦੇ ਅੱਗੇ ਮੰਗ ਰੱਖੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਸੁਸਾਈਡ ਨੋਟ ਦੇ ਮੁਤਾਬਕ ਇਹ ਕਾਰਵਾਈ ਅਮਲ ਚਾਉਣੀ ਚਾਹੀਦੀ ਹੈ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਭਰਤੀ ਮੁਕੰਮਲ ਕਰਵਾਉਣ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਵਿੱਚੋਂ ਇੱਕ ਅਧਿਆਪਕਾ ਬਲਵਿੰਦਰ ਕੌਰ ਨੇ ਜੋ ਕਦਮ ਚੁੱਕਿਆ ਹੈ ਡੈਮੋਕ੍ਰੈਟਿਕ ਟੀਚਰ ਫਰੰਟ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਮ੍ਰਿਤਕਾ ਵੱਲੋਂ ਲਿਖੇ ਆਤਮ ਹਤਿਆ ਨੋਟ ਮੁਤਾਬਕ ਦੋਸ਼ੀਆਂ ਖਿਲਾਫ ਫੌਰੀ ਐਫ ਆਈ ਆਰ ਦਰਜ ਕਰਨ ਤੇ ਸਮੁੱਚੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਜਨਰਲ ਸਕੱਤਰ ਮੁਕੇਸ਼ ਕੁਮਾਰ ਤੇ ਵਿੱਤ ਸਕੱਤਰ ਅਸ਼wini ਅਵਸਥੀ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਫੈਲੀ ਬੇਰੁਜ਼ਗਾਰੀ ਦਾ ਸਥਾਈ ਅਤੇ ਨੀਤੀਗਤ ਹਾਲ ਕੱਢਣ ਦੀ ਥਾਂ ਵੱਖ-ਵੱਖ ਸਰਕਾਰਾਂ ਵੱਲੋਂ ਰੋਜ਼ਗਾਰ ਦੇ ਸਰੋਤ ਸਰਕਾਰੀ ਵਿਭਾਗਾਂ ਨੂੰ ਹੀ ਖਾਤਮੇ ਵੱਲ ਧੱਕਣ ਵਾਲੀਆਂ ਨਿੱਜੀਕਰਨ ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਇੱਕ ਦੂਜੇ ਤੋਂ ਵੱਧ ਚੜਕੇ ਲਾਗੂ ਕੀਤਾ ਜਾ ਰਿਹਾ ਹੈ ਜਿਸ ਕਾਰਨ ਬੇਰੋਜ਼ਗਾਰੀ ਦੇ ਸਤਾਏ ਨੌਜਵਾਨ ਨਸ਼ਿਆਂ ਖੁਦਕੁਸ਼ੀ ਵਰਗੇ ਨਾਮੁਰਾਦ ਕਦਮਾਂ ਵੱਲ ਧੱਕੇ ਜਾ ਰਹੇ ਨੇ ਇਸ ਮਾਮਲੇ ਵਿੱਚ ਆਪ ਸਰਕਾਰ ਵੀ ਸਿਆਸੀ ਜੁਮਲੇਬਾਜ਼ੀ ਤੋਂ ਅੱਗੇ ਨਹੀਂ ਵਧ ਸਕੀ ਸਗੋਂ ਧਰਨੇ ਪ੍ਰਦਰਸ਼ਨਾਂ ਰਾਹੀਂ ਸੱਤਾ ਪ੍ਰਾਪਤ ਕਰਨ ਵਾਲੀ ਸਰਕਾਰ ਦਾ ਹਰੇਕ ਹੱਕੀ ਸੰਘਰਸ਼ ਪ੍ਰਤੀ ਨਾਪਕੀਅਤੇ ਹੰਕਾਰੀ ਰਵੱਈਆ ਲਗਾਤਾਰ ਜਾਗਰ ਹੋ ਰਿਹਾ ਹੈ ਜਥੇਬੰਦੀ ਦੇ ਸੁਬਾਈ ਮੀਤ ਪ੍ਰਧਾਨਾ ਗੁਰਪਿਆਰ ਕੋਟਲੀ ਬਯੰਤ ਫੁੱਲੇਵਾਲਾ ਅਜੀਬ ਬਰਨਾਲਾ ਇਕਬਾਲ ਬੰਗੀਰ ਰਗਵੀਰ ਜਸਵਿੰਦਰ ਔਜਲਾ ਪ੍ਰੈਸ ਕਤਰ ਪਵਨ ਕੁਮਾਰ ਨੇ ਸਾਂਝੇ ਬਿਆਨ ਚ ਕਿਹਾ ਕਿ ਪਿਛਲੇ 50 ਦਿਨ ਤੋਂ ਚੇਰੀ ਅਤੇ ਸਕੂਲ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੀ ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦੇ ਮਾਮਲੇ ਚ ਕੋਈ ਵਾਜਬ ਹੱਲ ਕੱਢਣ ਦੀ ਥਾਂ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਗੱਲਬਾਤ ਕਰਨ ਤੋਂ ਵੀ ਇਨਕਾਰੀ ਹੋ ਰਹੇ ਨੇ ਇਸ ਕਰਕੇ ਜਹੇ ਗੈਰ ਜਮਹੂਰੀ ਸਰਕਾਰੀ ਰਵੱਈਏ ਅਤੇ ਬੇਰੁਜ਼ਗਾਰੀ ਦੀ ਸਤਾਈ ਇੱਕ ਅਧਿਆਪਕਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਸਰੀਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਵੀ ਬਿਆਨ ਸਾਂਝਾ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਕਾਰਵਾਈ ਹੈ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਵੀ ਉਹਨਾਂ ਨੇ ਬਿਆਨ ਸਾਂਝਾ ਕੀਤਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਨਾਰਾਜ਼ਗੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਰਾਜ ਸ਼ਾਸਨ ਜਿਹੜਾ ਇਸ ਦੇ ਲਈ ਸ਼ਰਮਨਾਕ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਰੋਪੜ ਦੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਜਿਹੜਾ ਸੁਸਾਈਡ ਕੇਸ ਹੈ ਉਸ ਮਾਬਤ ਗਿਆਨੀ ਰਗਵੀਰ ਸਿੰਘ ਨੇ ਆਪਣਾ ਬਿਆਨ ਸਾਂਝਾ ਕੀਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਰੂਪਨਗਰ ਦੇ ਵਿੱਚ ਸਿੱਖ ਮੈਲਾ ਅਸਿਸਟੈਂਟ ਪ੍ਰੋਫੈਸਰ ਦੀ ਤਰਫੋਂ ਕੀਤੀ ਗਈ ਆਤਮ ਹੱਤਿਆ ਦਾ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਇਹਨਾਂ ਨੇ ਕਿਹਾ ਕਿ ਰਾਜ ਸ਼ਾਸਨ ਦੇ ਲਈ ਇਸ ਤੋਂ ਅਧਿਕ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਆਪਣੇ ਜਿਹੜੇ ਨਾਗਰਿਕ ਨੇ ਜਿਹੜੇ ਬਚਿੰਦੇ ਨੇ ਰੋਜ਼ਗਾਰ ਦਾ ਹੱਕ ਨਾ ਮਿਲਣ ਤੋਂ ਤੰਗ ਆ ਕੇ ਆਤਮ ਹੱਤਿਆਵਾਂ ਕਰ ਰਹੇ ਨੇ ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਦੀ ਤਰਫੋਂ ਸੁਸਾਇਡ ਨੋਟ ਦੇ ਵਿੱਚ ਸਰਕਾਰ ਦੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਗੰभीरਤਾ ਦੇ ਨਾਲ ਲੈਣਾ ਚਾਹੀਦਾ ਹੈ ਅਤੇ ਗਹਿਰਾਈ ਦੇ ਨਾਲ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਉਹਨਾਂ ਨੇ ਬਲਵਿੰਦਰ ਕੌਰ ਦੀ ਮੌਤ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਆਖਿਆ ਚਾਹੇ ਉਹ ਕਿੰਨੇ ਵੀ ਤਾਕਤਵਰ ਤੇ ਰੁਤਬੇ ਵਾਲੇ ਕਿਉਂ ਨਾ ਹੋਣ। ਉਨਾ ਕਿਆ ਕਿ ਰੋਜ਼ਗਾਰ ਉਪਲਬਧ ਕਰਵਾਉਣਾ ਰਾਜ ਸਰਕਾਰ ਦਾ ਧਰਮ ਹੈ ਗਿਆਨੀ ਰਘਵੀਰ ਸਿੰਘ ਨੇ ਆਖਿਆ ਕਿ ਹਰ ਮਸ਼ੀਂਦੇ ਨੂੰ ਰੋਜ਼ਗਾਰ ਉਪਲਬਧ ਕਰਵਾਉਣਾ ਹੀ ਸਰਕਾਰ ਦਾ ਫਰਜ਼ ਬਣਦਾ ਹੈ ਜੇਕਰ ਨਾਗਰਿਕਾਂ ਨੂੰ ਮਹਿੰਗਾਈ ਮਹਿੰਗੀਆਂ ਪੜਾਈਆਂ ਕਰਕੇ ਰੋਜ਼ਗਾਰ ਦੇ ਲਈ ਆਪਣੇ ਬੱਚਿਆਂ ਦੇ ਨਾਲ ਰੋਣਾ ਪੈ ਰਿਹਾ ਹੈ ਤਾਂ ਰਜਾਨਾ ਰਾਜ ਸਰਕਾਰ ਦਾ ਜ਼ੁਲਮ ਸਹਿਣਾ ਪਵੇ ਤਾਂ ਸਰਕਾਰ ਲਈ ਇਸ ਤੋਂ ਵੱਡੀ ਅਸਫਲਤਾ ਕੋਈ ਨਜ਼ਰ ਨਹੀਂ ਆਉਂਦੀ ਜਿਸ ਰਾਜ ਦੇ ਲੋਕ ਦਰਾਨ ਲੋਕਾਂ ਨੂੰ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਮਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੋਵੇ ਨੈਤਿਕ ਤੌਰ ਤੇ ਐਸੇ ਰਾਜ ਸ਼ਾਸਨ ਦੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਤਾਂ ਉਹਨਾਂ ਨੇ ਦੁੱਖ ਵੀ ਪ੍ਰਗਟ ਕੀਤਾ ਕਿ ਜੋ ਇਹ ਕਦਮ ਪ੍ਰੋਫੈਸਰ ਨੇ ਬਲਵਿੰਦਰ ਕੌਰ ਨੇ ਚੁੱਕਿਆ ਇਹ ਠੀਕ ਨਹੀਂ ਹੈ ਇਸ ਕਰਕੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਸਾਂਝਾ ਕੀਤਾ ਨਾਲ ਹੀ ਕਿਹਾ ਕਿ ਗੁਰੂਆਂ ਨੇ ਸਾਨੂੰ ਆਪਣੇ ਹੱਕ ਲੈਣ ਦੇ ਲਈ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਹੈ ਆਪਣੇ ਹੱਕ ਲੈਣ ਦੇ ਲਈ ਬੇਇਨਸਾਫੀ ਦੇ ਖਿਲਾਫ ਸਾਰੇ ਸਮਾਜ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਸੰਘਰਸ਼ ਦਾ ਹਿੱਸਾ ਬਨਣਾ ਚਾਹੀਦਾ ਹੈ ਤਾਂ ਕਿ ਕਿਸੇ ਦੇ ਨਾਲ ਵੀ ਕੋਰ ਜਿਹੜੀ ਹੈ ਬੇਇਨਸਾਫੀ ਨਾ ਹੋ ਸਕੇ ਤੇ ਬੇਇਨਸਾਫੀ ਦੇ ਖਿਲਾਫ ਇਨਸਾਫ ਲਈ ਜ਼ਿੰਦਗੀ ਦੀ ਜੰਗ ਲੜਨੀ ਪਵੇ ਉਸ ਦੇ ਵਿੱਚ ਜੰਗ ਹਾਰਨੀ ਨਹੀਂ ਚਾਹੀਦੀ ਸੋਸਾਇਡ ਨੋਟ ਤੇ ਆਡੀਓ ਸਾਹਮਣੇ ਆਏ ਨੇ ਉਸ ਦੇ ਵਿੱਚ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਸਰਹੰਦ ਨਹਿਰ ਦੇ ਵਿੱਚ ਰੋਪੜ ਤੋਂ 3 ਕਿਲੋਮੀਟਰ ਦੂਰ ਕਰੀਬ ਜਿਹੜੀ ਮਰੇ ਤੱਕ ਦੇ ਮਿਲੀ ਹੈ ਉਹ ਮਾਰਚਰੀ ਚ ਰੱਖੀ ਗਈ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਰੋਪੜ ਦੀ ਪੁਲਿਸ ਪੜਤਾਲ ਕਰਕੇ ਇਸ ਕੇਸ ਸੰਬੰਧੀ ਹੋਰ ਕੀ ਕੁਝ ਸਾਹਮਣੇ ਲੈ ਕੇ ਆਉਂਦੀ ਹੈ ਪੰਜਾਬ ਸਰਕਾਰ ਨੂੰ ਇੱਕ ਫੈਸਲੇ ਤੇ ਹੋਰ ਯੂ ਟਰਨ ਲੈਣਾ ਪਿਆ ਕਿਉਂਕਿ ਸਬੰਧਤ ਅਧਿਆਪਕਾਂ ਦੇ ਵੱਲੋਂ ਵੀ ਔਰ ਹੋਰ ਥਾਵਾਂ ਤੋਂ ਵਿਵਾਜਾਂ ਉੱਠੀਆਂ ਸਨ ਕਿ ਐਮੀਨੈਂਸ ਸਕੂਲਾਂ ਨੂੰ ਚਲਾਉਣ ਦੀ ਖਾਤਰ ਜਿਹੜੇ 162 ਦੇ ਕਰੀਬ ਅਧਿਆਪਕਾਂ ਦੀਆਂ ਬਦਲੀਆਂ ਜਬਰਨ ਕੀਤੀਆਂ ਗਈਆਂ ਨੇ ਜਦੋਂ ਇਸ ਗੱਲ ਦਾ ਵਿਰੋਧ ਹੋਇਆ ਤੇ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਤਾਂ ਹੁਣ ਪੰਜਾਬ ਦੇ ਅਧਿਆਪਕਾਂ ਦਾ ਟਰਾਂਸਫਰ ਦਾ ਆਰਡਰ ਵਾਪਸ ਲੈ ਲਿਆ ਗਿਆ ਹੈ ਸਰਕਾਰ ਵੱਲੋਂ 10 ਦਿਨ ਪਹਿਲਾਂ 162 ਸਕੂਲ ਆਫ ਫੈਮਿਨੈਂਸ ਦੇ ਵਿੱਚ ਇਤਬਾਦਲੇ ਕੀਤੇ ਗਏ ਸਨ ਜਿਸ ਦੇ ਨਾਲ ਪੜ੍ਹਾਈ ਪ੍ਰਭਾਵਿਤ ਹੋਣ ਦਾ ਹਵਾਲਾ ਦਿੱਤਾ ਗਿਆ ਪੰਜਾਬ ਸਰਕਾਰ ਨੇ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਆਫ ਫੈਮਿਨੈਂਸ ਨੇ 162 ਅਧਿਆਪਕਾਂ ਦੀ ਟਰਾਂਸਫਰ ਦੇ ਆਦੇਸ਼ ਰੱਦ ਕਰ ਦਿੱਤੇ ਨੇ ਹਾਲਾਂਕਿ 10 ਦਿਨ ਪਹਿਲਾਂ ਹੀ ਆਰਡਰ ਕੱਢੇ ਗਏ ਸਨ ਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਦੇ ਜਾਰੀ ਕੀਤੇ ਗਏ ਇੱਕ ਪੱਤਰ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਜਿਹੜੀ ਥਾਂ ਦੇ ਉੱਤੇ ਸਟੂਡੈਂਟਸ ਦੀ ਪੜ੍ਹਾਈ ਦਾ ਧਿਆਨ ਰੱਖਦਿਆਂ ਹੋਇਆਂ 162 ਟੀਚਰ ਤੇ ਲੈਕਚਰਾਰ ਕੰਪਿਊਟਰ ਤੇ ਤਬਾਦਲੇ ਆਦੇਸ਼ ਤਤਕਾਲੀ ਪ੍ਰਭਾਵ ਦੇ ਨਾਲ ਰੱਦ ਕੀਤੇ ਜਾ ਰਹੇ ਨੇ ਹੁਣ ਮੰਨਿਆ ਜਾ ਰਿਹਾ ਹੈ ਕਿ ਕੀ ਸਰਕਾਰ ਨੂੰ ਇਸ ਗੱਲ ਦਾ ਪਹਿਲਾਂ ਨਹੀਂ ਸੀ ਪਤਾ ਸਿੱਖਿਆ ਵਿਭਾਗ ਨੂੰ ਨਹੀਂ ਸੀ ਪਤਾ ਕਿ ਇਸ ਦੇ ਨਾਲ ਪੜ੍ਹਾਈ ਪ੍ਰਭਾਵਿਤ ਹੋ ਸਕੇਗੀ आदेश ਨੂੰ ਰੱਦ ਕਰਨ ਦੇ ਲਈ ਇੱਕ ਰਾਹਤ ਮਹਿਸੂਸ ਅਧਿਆਪਕ ਕਰ ਰਹੇ ਨੇ ਜਿਨ੍ਹਾਂ ਦੀ رائے ਤੋਂ ਬਿਨਾਂ ਹੀ ਇਹ ਟਰਾਂਸਫਰ ਕਰ ਦਿੱਤੀ ਗਈ ਸੀ। ਮੂਲ ਰੂਪ ਦੇ ਵਿੱਚ ਜਿੱਥੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਨੇ ਅਧਿਆਪਕ ਉਹਨਾਂ ਦਾ ਕਹਿਣਾ ਸੀ ਕਿ ਕਈ ਸਕੂਲਾਂ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੇ ਇੱਥੇ ਸਟਾਫ ਪਹਿਲਾਂ ਹੀ ਬਹੁਤ ਘੱਟ ਹੈ ਤੇ ਜੇਕਰ ਇਹਨਾਂ ਨੂੰ ਵੀ ਉੱਥੇ ਭੇਜ ਦਿੱਤਾ ਜਾਂਦਾ ਹੈ ਤਾਂ ਫਿਰ ਪਹਿਲਾਂ ਵਾਲੇ ਸਕੂਲ ਕਿਵੇਂ ਸਹੀ ਚੱਲਣਗੇ। ਯੂਨੀਅਨ ਦੇ ਇਸ ਆਦੇਸ਼ ਦਾ ਹੁਣ ਸਵਾਗਤ ਕੀਤਾ ਸਾਂਝਾ ਅਧਿਆਪਕ ਮੋਰਚਾ ਨੇ ਕਿਹਾ ਕਿ ਅਸੀਂ ਇਸ ਕਦਮ ਦਾ ਹੁਣ ਸਵਾਗਤ ਕਰਦੇ ਹਾਂ ਔਰ ਆਦੇਸ਼ਾਂ ਦੇ ਖਲਾਫ ਅਧਿਆਪਕਾਂ ਦੇ ਵੱਲੋਂ ਕਾਰਵਾਈ ਦੇ ਕਾਰਨ ਵਿਭਾਗ ਦੇ ਤਬਾਦਲੇ ਨੂੰ ਮੁੜ ਵਿਚਾਰਿਆ ਗਿਆ। ਕੁੱਲ ਮਿਲਾ ਕੇ ਰਾਜ ਭਰ ਦੇ ਵਿੱਚ 162 ਜਿਹੜੇ ਅਧਿਆਪਕ ਸਨ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਸਨ ਉਹਨਾਂ ਨੂੰ ਵਾਪਸ ਸਰਕਾਰ ਲੈਂਦੀ ਨਜ਼ਰ ਆ ਰਹੀ ਹੈ। 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫੰਟ ਦੀ ਬੇਰੁਜ਼ਗਾਰ ਸਿੱਖਿਆ ਬਲਵਿੰਦਰ ਕੌਰ ਦੀ ਆਤਮਹੱਤਿਆ ਦੇ ਮੱਦੇਨਜ਼ਰ ਸਰਕਾਰ ਨੂੰ ਦਬਾਅ ਦੇ ਵਿੱਚ ਸੀ ਜਿਸ ਕਰਕੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਵੀ ਮਾਮਲਾ ਸਿੱਖਿਆ ਮਹਿਕਮੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਪਹਿਲਾਂ ਹੀ ਸਿੱਖਿਆ ਮਹਿਕਮਾ ਸਵਾਲਾਂ ਦੇ ਘੇਰੇ ਵਿੱਚ ਹੈ ਕੋਈ ਹੋਰ ਅਜਿਹੀ ਗੱਲ ਸਾਹਮਣੇ ਨਾ ਆ ਜਾਵੇ ਜਿਸ ਨਾਲ ਸਰਕਾਰ ਨੂੰ ਹੋਰ ਜ਼ਿਆਦਾ ਘਿਰਨਾ ਪੈ ਜਾਵੇ ਸਵਾਲਾਂ ਦੇ ਘੇਰੇ ਵਿੱਚ ਇਸ ਕਰਕੇ ਫੈਸਲਾ ਵੀ ਵਾਪਸ ਲਿਆ ਦੱਸਿਆ ਜਾ ਰਿਹਾ ਕਿਉਂਕਿ ਲਗਾਤਾਰ ਅਧਿਆਪਕ ਯੂਨੀਅਨ ਪਹਿਲਾਂ ਵੀ ਰੋਸ ਦੇ ਵਿੱਚ ਸੀ ਜਿਸ ਕਰਕੇ ਉਹਨਾਂ ਨੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਵੀ ਕੀਤੀ ਸੀ ਤੇ ਦਲੀਲ ਵੀ ਰੱਖੀ ਸੀ ਤਾਂ ਹੁਣ ਸਿੱਟੇ ਵੱਜੋਂ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਮੋਗੇ ਦੇ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਕਿ ਬਾਹਰ ਤੋਂ ਟਰੱਕ ਜਿਹੜੇ ਝੋਨੇ ਦੇ ਇੱਥੇ ਕਿਉਂ ਆ ਰਹੇ ਨੇ ਕਿਸਾਨਾਂ ਨੇ ਆਪ ਹੀ ਉਹ ਟਰੱਕਾਂ ਨੂੰ ਕਾਬੂ ਕੀਤਾ ਹੈ ਔਰ ਮੋਗੇ ਦੇ ਵਿੱਚ ਕਿਸਾਨਾਂ ਨੇ ਜਿਹੜੇ ਬਾਹਰੋਂ ਆ ਰਹੇ ਝੋਨਾ ਹੈ ਟਰੱਕਾਂ ਦੇ ਵਿੱਚ ਉਸ ਦੇ ਖਿਲਾਫ ਜਿਹੜਾ ਨਾਰੇਬਾਜੀ ਵੀ ਕੀਤੀ ਹੈ ਬੀਕੇਯੂ ਬੀਕੇਯੂ ਦੀ ਵੱਲੋਂ ਇਹ ਕਿਹਾ ਗਿਆ ਕਿ ਰਾਜਸਥਾਨ ਹਰਿਆਣਾ ਯੂਪੀ ਤੋਂ ਇਹ ਟਰੱਕ ਆ ਰਹੇ ਨੇ ਫਿਰ ਪੰਜਾਬ ਵਾਲੇ 5 ਰੁਪਏ ਬੋਰੀ ਮੰਗਦੇ ਨੇ ਇਸ ਹਿਸਾਬ ਦੇ ਨਾਲ 7 ਟਰੱਕਾਂ ਨੂੰ ਮੋਗਾ ਦੇ ਵਿੱਚ ਕਿਸਾਨਾਂ ਨੇ ਰੋਕ ਲਿਆ ਕਿਸਾਨਾਂ ਦਾ ਕਹਿਣਾ ਸੀ ਕਿ ਟਰੱਕ ਰਾਜਸਥਾਨ ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ ਆ ਰਹੇ ਨੇ ਔਰ ਜਿਹੜਾ ਪਿੰਡ ਖੋਸਾ ਰਣਧੀਰ ਦੇ ਵਿੱਚ ਰਣਧੀਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਿਹਾ ਕਿ ਇੱਕ ਤਰਫ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਹੋ ਰਹੀ ਹੈ ਵਾਢੀ ਹੋ ਰਹੀ ਹੈ ਔਰ ਦੂਸਰੀ ਤਰਫ ਤੋਂ ਵਪਾਰੀ ਬਾਹਰ ਤੋਂ ਝੋਨਾ ਖਰੀਦ ਕੇ ਇੱਥੇ ਸ਼ੈਲਰਾਂ ਦੇ ਵਿੱਚ ਲਿਆ ਰਹੇ ਨੇ ਇਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕਿਸਾਨ ਐਸਾ ਨਹੀਂ ਕਰਨ ਦੇਣਗੇ ਇਸ ਮਸਲੇ ਦੇ ਵਿੱਚ ਸੁਖਜਿੰਦਰ ਸਿੰਘ ਖੋਸਾ ਜਿਹੜੇ ਕੀ ਬੀਕੇਜੂ ਦੇ ਸੂਬਾ ਪ੍ਰਧਾਨ ਨੇ ਉਹਨਾਂ ਵੱਲੋਂ ਆਖਿਆ ਗਿਆ ਕਿ ਸਾਡੇ ਕਿਸਾਨਾਂ ਦੇ ਇੱਕ ਇੱਕ ਦਾਣਾ ਵਿਕਣਾ ਚਾਹੀਦਾ ਬਾਹਰੋਂ ਜਿਹੜਾ ਝੋਨਾ ਆ ਰਿਹਾ ਉਸ ਦੇ ਉੱਤੇ ਰੋਕ ਲੱਗਣੀ ਚਾਹੀਦੀ ਇਸ ਦੇ ਲਈ ਪ੍ਰਸ਼ਾਸਨ ਦੇ ਖਿਲਾਫ ਨਰੇਬਾਜੀ ਵੀ ਜੰਮ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਸ ਦਾ ਸਿੱਧਾ ਪ੍ਰਭਾਵ ਪੰਜਾਬ ਦੇ ਕਿਸਾਨਾਂ ਤੇ ਪੈ ਸਕਦਾ ਹੈ ਔਰ ਇੱਥੋਂ ਦੀ ਫਸਲ ਦੀ ਖਰੀਦਦਾਰੀ ਵੀ ਪ੍ਰਭਾਵਿਤ ਹੋ ਸਕਦੀ ਹੈ ਇਸ ਕਰਕੇ ਬਾਹਰਲੇ ਟਰੱਕ ਨੇ ਜਿਹੜੇ ਉਹ ਇੱਥੇ ਐਂਟਰ ਨਹੀਂ ਹੋਣੇ ਚਾਹੀਦੇ ਇਹ ਸੀ ਪੰਜਾਬ ਦੇ ਖਾਸ ਬੁਲਟਨ ਵਿਰੋਧੀਆਂ ਦਾ ਖਬਰਨਾਮਾ ਵਿੱਚ ਖਬਰਾਂ ਦਾ ਸਿਲਸਲਾ ਇੱਥੇ ਖਤਮ ਹੁੰਦਾ ਹੈ ਤੇ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ